ਦੀ ਆਮਦ ਔਰ ਸਲਾਮਤੀ ਵਾਸਤੇ ਸਾਰੇ ਬਾਵਾਜ਼ ਬੁਲੰਦ ਸਲਾਮ ਪੜੋ। ਇੱਕ ਨਾਰਾ ਸੁਣਾਓ ਮੇਰੇ ਮੁਰਸ਼ਿਦ ਅਲੀ ਦੇ ਨਾਮ ਦਾ, ਦੁਆ ਹੈ ਵਾਰਿਸ ਜ਼ਮਾਨਾ ਸਾਡੀ ਇਬਾਦਤ ਮਨਜ਼ੂਰ ਫਰਮਾਵੇ। ਮੋਮਿਨੀਨ ਨਾ ਟੁਰਾਇਆ ਜ਼ਾਕਰੀਨ ਦੀ ਪੜ੍ਹਾਈ, ਮੈਂ ਕੀਰ ਦੇ ਚਾਰ ਲਫ਼ਜ਼ ਬਾਨੀ ਮਜਲਿਸ ਦਾ ਖਰਚ ਓ ਖਰਜਾਤ ਲੰਗਰ ਤੁਆਮ ਨਜ਼ਰ ਨਿਆਜ਼ ਇਮਾਮ ਜ਼ਮਾਨਾ ਆਪਣੇ ਦਰਬਾਰ 'ਚ ਮਨਜ਼ੂਰ ਫਰਮਾਵੇ। ਦੁਆ ਕਰਨ ਦਾ ਹੱਕ ਰੱਖਦਾ ਸੰਜਮਨ ਦੇ ਜਿਤਨੇ ਨੌਜਵਾਨ ਹਨ, ਮੌਲੇ ਕਾਇਨਾਤ ਅੱਜ ਦੇ ਦੀਨ ਦਾ ਸਦਕਾ ਉਹਨਾਂ ਦੀਆਂ ਜ਼ਿੰਦਗੀਆਂ ਦਾ ਰਾਤ ਫਰਮਾ, ਉਹਨਾਂ ਕੋਈ ਤੋਂ ਜ਼ਿਆਦਾ ਰਿਸਕ ਦੇ ਜੋ ਹਰ ਜਸ਼ਨ ਥੋੜੇ ਨਿਵੇ ਆਪਣੇ ਆਪ ਕੋ ਅਗਰ ਥੋੜਾ ਸਮਝੋ ਤੁਹਾਡੀ ਮਰਜ਼ੀ ਦੀ ਬਾਤ ਹੈ, ਮਗਰ ਨਾ ਕਾਫਦਾ ਰਹੋ ਪੂਰੇ ਜਸ਼ਨ ਜੀ ਤੋਂ ਵੱਡਾ ਕਸੀਦਾ ਮੇਰੇ ਕੋਲ ਹੋਰ ਕੋਈ ਨੀ। ਹੁਸੈਨ ਦੇ ਮੈਂਬਰ ਤੱਕਣਾ ਕਾਫੀ ਨਾਮ ਗਿਦੇ ਕਸੀਦੇ ਦੇ ਤਾਂ ਵਤਨ ਦੇ ਲੋਕ ਕਿਤਨੇ ਤੱਕ ਸੁਣ ਸਕਦੇ ਨੇ। ਕਿਤਨਾ ਬਾਬਕ ਜ਼ਮਾਨੇ ਮੇਂ ਯੇ ਦਿਲ ਆਇਆ ਹੈ, ਕਿਤਨਾ ਬਾਬਕ ਜ਼ਮਾਨੇ ਮੇਂ ਯੇ ਦਿਲ ਆਇਆ ਹੈ, ਕਿਤਨਾ ਬਾਬਕ ਜ਼ਮਾਨੇ ਮੇਂ ਯੇ ਦਿਲ ਆਇਆ ਹੈ, ਕਿਤਨਾ ਬਾਬਕ ਜ਼ਮਾਨੇ ਮੇਂ ਯੇ ਦਿਲ ਆਇਆ ਹੈ। ਮੇਰੀ ਗੁਜ਼ਾਰਿਸ਼ ਥੀ ਕਿਤਨਾ ਬਾਬਖਤ ਜ਼ਮਾਨੇ ਮੇਂ ਯੇ ਦਿਨ ਆਇਆ ਹੈ, ਕਿਹੜਾ ਦਿਨ ਤ੍ਰੈ ਸ਼ਾਬਾਨ ਦਾ ਦਿਨ ਆਪਣੇ ਸਰਦਾਰ ਹੁਸੈਨ ਦੀ ਆਮਦ ਪਿਆ ਸੁਣੇ ਨਾ ਤਾਂ ਤਾਂ ਪਿਆ ਦਾ ਕਿਤਨਾ ਬਾਬਖਤ ਜ਼ਮਾਨੇ ਮੇਂ ਯੇ ਦਿਨ ਆਇਆ ਹੈ, ਓ ਕਿਤਨਾ ਬਾਬਖਤ ਜ਼ਮਾਨੇ ਅੱਛਾ ਮੇਂ ਯੇ ਦਿਨ ਆਇਆ ਹੈ, ਓ ਕਿਤਨਾ ਬਾਬਖਤ ਜ਼ਮਾਨੇ ਸ਼ਾਹੇ ਅਮਨ ਆਇਆ ਹੈ। ਬਹੁਤ ਮਿਹਰਬਾਨੀ। ਤ੍ਰੈ ਸ਼ਾਬਾਨ ਖੁਸ਼ ਜਹਾਨ ਮਦੀਨੇ ਦਾ ਸ਼ਾਰ, ਬਨੀ ਹਾਸ਼ਿਮ ਦਾ ਮਹੱਲਾ, ਬਤੂਲ ਦੀ ਝੋਲੀ ਚ ਨਬੀਆਂ ਦੀ ਲਜ ਹੁਸੈਨ ਆਇਆ, ਜਨਾਬੇ ਮੁਹੰਮਦ ਮੁਸਤਫਾ ਤੁਰੇ ਧੀ ਦੇ ਸਾਹਮਣੇ ਆਏ, ਫਰਮਾਇਆ ਬੱਚਾ ਬਤੂਲ ਮੁਬਾਰਕ ਹੋਵੀ, ਹੁਸੈਨ ਦੁਨੀਆ ਤੇ ਆ ਗਏ। ਹੱਥ ਬਨ ਕੇ ਅਰਜ਼ ਕੀਤੇ, ਬਾਬਾ ਹੁਸੈਨ ਦੁਨੀਆ ਤੇ ਆ ਗਏ, ਮੁਬਾਰਕ ਦਿੱਤੀ ਗਈ ਹੁਸੈਨ ਦੇ ਆਵਣ ਦੀ, ਪੁੱਛਾ ਤਨੀ ਵੀ ਹੁਸੈਨ ਆਇਆ ਜੋ ਆਇਆ ਕਿਵੇਂ। ਨਬੀ ਫਰਮਾਇਆ ਹਾਂ ਬੱਚਾ ਬਤੂਲ ਦੱਸ ਹੁਸੈਨ ਦੁਨੀਆ ਤੇ ਕਿਵੇਂ ਆਇਆ। ਜਦੋਂ ਨਬੀ ਪੁੱਛਾ ਬਤੂਲ ਬਾਬੇ ਦੇ ਪਾਸੇ ਦੇਖ ਕੇ ਕਿਹੜੀ ਗੱਲ ਆਖੀਏ ਬਾਈ, ਜਦਾ ਨਬੀ ਪੁੱਛਾ ਬਤੂਲ ਬਾਬੇ ਦੇ ਪਾਸੇ ਦੇ ਕੇ ਕਿਹੜੀ ਗੱਲ ਆਖੀਏ ਬਾਈ, ਹੁਸੈਨ ਦੁਨੀਆ ਤੇ ਆਇਆ, ਨਾਨਾ ਖੁਸ਼, ਬਾਬਾ ਖੁਸ਼, ਅਮੜੀ ਬਤੂਲ ਖੁਸ਼, ਖਾਲਿਕ ਦੀ ਪੂਰੀ ਕਾਇਨਾਤ ਖੁਸ਼, ਪੂਰਾ ਜਹਾਨ ਖੁਸ਼। ਦੱਸਣਾ ਹੈ ਅਗਰ ਇਜਾਜ਼ਤ ਹੋਵੇ, ਦੱਸਾਂ ਆਸਮਾਨ ਤੇ ਕੌਣ ਕੌਣ ਖੁਸ਼ ਹਨ ਤੇ ਮਿਸਰਾ ਕਿਵੇਂ ਹੈ ਬਾਈ। ਧਰਤੀ ਪੇ ਉਤੇ ਬਾਗੇ ਅਮਲੀਆ
جشن شعبان مناؤ کے حسین لائے ہیں، جشن شعبان مناؤ کے حسین لائے ہیں، جشن شعبان مناؤ کے حسین لائے ہیں، شعبان مناؤ کے حسین آئے ہیں، جشن 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 شعبان مناؤ کے حسین. پوری توجہ اے جبریل اعلان کیتے مدینے چاہ کے، پوری کائنات جبریل اعلان ودا کریں دے ترائے شعبان کو، جشن شعبان مناؤ کے حسین آئے ہیں، جشن شعبان مناؤ کے حسین آئے ہیں، جشن شعبان اچھا کے حسین آئے ہیں، جن کا اللہ کی بری دنیا میں کوئی بھی نہ ہو، ان غریبوں کو بتاؤ کہ حسین لائے ہیں. نعرہ حیدری یا علی، ترائے شعبان کو حسین دنیا تے آیا، آواز قدرت جبریل کی تھے خالق جنت دے دروازے تے، جنت دروازہ چھوڑ ملائکہ چیلان کر، جڑے رکوع والے ہو رکوع چھوڑو، جڑے سجو والے ہو سجو چھوڑو، جڑے قیام والے ہو قیام چھوڑو. جبریل ہاتھ بن کے پوچھا پالنے والا دسو کیڑا حکم ہے کیڑا پیغام ہے، جدا جبریل پوچھا خالق نے کیڑی گل آکھی ہے بھائی، عرش نور کرو ہر زمین تور کر، بارش نور کر ہر زمین تور کرو، عرش پہ دید کرو، عرش پہ عید کر، فرش پہ دید کرو، عرش پہ عید کرو، خلد کے سارے ہی در کھول دو یثرب کی طرف، اور جہنم کو بجاؤ کہ حسین لائے ہیں. ایک سلوات پڑھو چی آواز نال سارے، جس کے دم میں وفا کی رونق محترم وہ با وفا عباس ہے، جڑے سرکار دا جشن ہے جڑے سردار دے جشن منائی بیٹھے ہو، او دی آمد دا قصیدہ جناب کو سنے دا پیا، محترم وہ با وفا عباس ہے، جس کے دم سے ہے وفا کی رونق محترم وہ با وفا عباس ہے، جس کے دم سے ہے وفا کی رونق محترم وہ با وفا عباس ہے، جس کے دم سے ہے وفا اچھا رونق محترم وہ با وفا، پوری توجہ ہے، مصطفیٰ کی آرزو ہے مرتضیٰ، پاک بی بی کی دعا عباس ہے. یعنی بہت مہربانی سرکار عباس دی آمد شیر سناواں، موالیاں کو شیر سنن دی دعوت پیا دینا، حسین دے ممبر تے کھڑ کے آدھا پیا، حیا اس کی جبی چومے، شرم اس کے قدم چومے، پوری توجہ، جبی چومے شرم اس کے قدم چومے، جو غیرت میں تو انسان ہے وہ غیث کا علم چومے. حسین دے ممبر تے کھڑ کے آدھا پیا، حیا اس کی جبی چومے، شرم اس کے قدم چومے، حیا اس کی پوری توجہ، جبی چومے شرم اس کے قدم چومے، جلالت مند انسان ہے وہی اس کا علم چومے، جلالت مند انسان ہے وہی اس کا علم چومے، کشا ہے مرتضیٰ اس طرح مشکل کشا عباس ہے. جو قرآن
ਰਹਿਮਾਨ ਵੱਡਾ ਹੈ ਜਿਵੇਂ ਦੁਨੀਆ ਦੇ ਉੱਤੇ ਰਹਿਮਾਨ ਵੱਡਾ ਹੈ। ਥੋੜੇ ਥੋੜੇ ਬੋਲਣ ਦੀ ਕੋਸ਼ਿਸ਼ ਕਰੋ। ਮਹਿਲੇ ਸੁਣਨ ਦਾ ਅੰਦਾਜ਼ ਵੀ ਆਉਂਦਾ, ਜਸ਼ਨ ਦਾ ਅੰਦਾਜ਼ ਅਲਹਿਦਾ ਆਉਂਦਾ। ਕਿਤਾਬਾਂ ਚੋਂ ਕੁਰਾਨ ਵੱਡਾ ਹੈ ਦੁਨੀਆ ਦੇ ਉੱਤੇ ਰਹਿਮਾਨ ਵੱਡਾ ਹੈ। ਯਾ ਇਹ ਉਹੀ ਬੰਦੇ ਤੇ ਠੇਕ ਹੈ ਜਿਹੜਾ ਜਸ਼ਨ ਕਰਾਏ ਤੇ ਬੋਲੇ ਜ਼ਾਕਰ ਨਾਲ ਹੀ ਉਹ ਬੋਲੇ। ਸਾਰੇ ਜਿਵੇਂ ਡਿਊਟੀ ਹੈ ਤਾਂ ਬੋਲਣ ਵਾਲੀ। ਜਿਹੜਾ ਬੰਦਾ ਅੱਜ ਦੇ ਦਿਨ ਖੁਸ਼ ਨਹੀਂ, ਮੈਂ ਸਹੀ ਦੁਆ ਕਰਾਂ ਨਾ ਸਾਰੀ ਜ਼ਿੰਦਗੀ ਇਨਸ਼ਾਅੱਲਾ ਕਦਾਂ ਖੁਸ਼ ਨਾ ਤੀਵੇ। ਜਿਹੜੇ ਸਰਕਾਰ ਅੱਬਾਸ ਦੇ ਮੁਰੀਦ ਹੋ, ਜਿਹੜੇ ਆਪਣੇ ਆਪ ਕੋ ਸਰਕਾਰ ਅੱਬਾਸ ਦਾ ਮੁਰੀਦ ਸਮਝਦੇ ਹੋ, ਬੰਦਾ ਬੋਲੇ ਸੀ ਉਹਦਾ ਹੱਕ ਬਣਦੇ ਬੋਲੇ। ਜਿਹੜਾ ਨਹੀਂ ਬੋਲੇਗਾ ਉਹ ਹੀ ਨਾ ਆਖੇ ਜੋ ਮੈਂ ਗਾਜ਼ੀ ਸਰਕਾਰ ਦਾ ਮੁਰੀਦ ਹਾਂ, ਉਹਦਾ ਕੋਈ ਵਾਸਤਾ ਨਹੀਂ। ਜਿਵੇਂ ਦੁਨੀਆ ਦੇ ਉੱਤੇ ਰਹਿਮਾਨ ਵੱਡਾ ਹੈ ਕਿਤਾਬਾਂ ਚ ਕੁਰਾਨ ਵੱਡਾ ਹੈ, ਜਿਵੇਂ ਦੁਨੀਆ ਦੇ ਉੱਤੇ ਰਹਿਮਾਨ ਵੱਡਾ ਹੈ ਕਿਤਾਬਾਂ ਚ ਕੁਰਾਨ ਵੱਡਾ ਹੈ, ਜਿਵੇਂ ਦੁਨੀਆ ਦੇ ਉੱਤੇ ਰਹਿਮਾਨ ਅੱਛਾ ਕਿਤਾਬਾਂ ਚ ਕੁਰਾਨ ਵੱਡਾ ਹੈ। ਸੁਣੇ ਨਬੀ ਫਰਮਾਇਆ ਇਹ ਹਦੀਸਾਂ ਵਿੱਚ ਆਇਆ, ਸੁਣੇ ਨਬੀ ਫਰਮਾਇਆ ਇਹ ਹਦੀਸਾਂ ਵਿੱਚ ਆਇਆ, ਪੰਜਾਂ ਬਾਰਾਂ ਦਾ ਨਿਸ਼ਾਨ ਵੱਡਾ ਹੈ ਇਹ ਸਾਰਾ ਖਾਨਦਾਨ ਵੱਡਾ ਹੈ। ਜ਼ਿੱਦ ਦਾ ਇਲਾਜ ਕੋਈ ਨਹੀਂ, ਜਿਹੜੇ ਚੁੱਪ ਕਰ ਗਏ ਹੋ ਜ਼ਿੱਦ ਦਾ ਇਲਾਜ ਇੱਥੇ ਕਰੋੜੀ ਚ, ਜਿਹੜੇ ਬੁਲੰਦੇ ਬੈਠਣ ਤੇ ਜਿਹੜੇ ਨਹੀਂ ਬੁਲੰਦੇ ਜ਼ਿੱਦ ਕੀਤੀ ਬੈਠਣ ਮੇਰੇ ਕੋਲ ਕੋਈ ਹੈ ਇਲਾਜ ਉਹਨਾਂ ਦੇ ਬੁਲਵਾਵਣ ਦਾ? ਕੋਈ ਹੈ ਇਲਾਜ? ਜ਼ਿੱਦ ਦਾ ਇਲਾਜ ਕੋਈ ਨਹੀਂ, ਦੁਨੀਆ ਇਤਰਾਜ਼ ਕਰੇਂਦੀ ਏ ਸ਼ੀਆ ਅਲੀ ਕੋ ਹੱਥ ਵਧੇ ਨੇ, ਇਹੀ ਨਾ ਸਾਡੇ ਉੱਤੇ ਇਤਰਾਜ਼। ਗੱਲ ਮੈਂ ਕਰੇਨਾ ਇਨਸਾਫ ਤੁਹਾਡੇ ਉੱਤੇ, ਹੁਸੈਨ ਦੇ ਮਿੰਬਰ ਤੇ ਖੜ ਕੇ ਆਦਾ ਪੀਆ, ਪੜ੍ਹੀ ਲਿਖੀ ਗੱਲ ਮੇਰੀ ਕੰਮਿਆ, ਤੇਰੇ ਪੀਰਾਂ ਵਿੱਚੋਂ ਕੋਈ ਮਸੀਹ ਤੇ ਵੀ ਨਹੀਂ ਜੰਮਿਆ। ਇਨਸਾਫ ਮੰਗਦਾ, ਹੁਸੈਨ ਦੇ ਮਿੰਬਰ ਤੇ ਖੜ ਕੇ ਆਦਾ ਪੀਆ, ਪੜ੍ਹੀ ਲਿਖੀ ਗੱਲ ਮੇਰੀ ਸੁਣ ਲੈ ਨੀ ਕੰਮਿਆ, ਤੇਰੇ ਪੀਰਾਂ ਵਿੱਚ ਕੋਈ ਮਸੀਹ ਤੇ ਵੀ ਨਹੀਂ ਜੰਮਿਆ। ਪੜ੍ਹੀ ਲਿਖੀ ਪੂਰੀ ਤਵੱਜੋ, ਸੁਣ ਲੈ ਨੀ ਕੰਮਿਆ, ਤੇਰੇ ਪੀਰਾਂ ਵਿੱਚ ਅੱਛਾ ਕੋਈ ਮਸੀਹ ਤੇ ਵੀ ਨਹੀਂ ਜੰਮਿਆ। ਅਹਿਲੀ ਕਾਬੇ ਵਿੱਚ ਆਇਆ ਇੱਕ ਕਿਬਲਾ ਬਣਾਇਆ, ਅਹਿਲੀ ਕਾਬੇ ਵਿੱਚ ਆਇਆ ਇੱਕ ਪੂਰੀ ਤਵੱਜੋ, ਦੱਸ ਤੂੰ ਮਕਾਨ ਵੱਡਾ ਹੈ ਯਾ ਮਾਲਿਕ ਮਕਾਨ ਵੱਡਾ ਹੈ? ਦੁਨੀਆ ਇਤਰਾਜ਼ ਕਰੇਂਦੀ ਏ ਜਨਾਬ ਇਮਰਾਨ ਤੇ ਫਤਵੇ ਲੈ ਲੈ ਆਦਨ ਨਾ ਤੋਬਾ ਨਾ ਉਜ਼ਬਿਲਾ, ਅਲੀ ਦਾ ਬਾਬਾ ਹੱਕ ਤੇ ਨਾ ਜਨਾਬ ਇਮਰਾਨ ਕਲਮਾ ਨਾ ਪੜਾ, ਇਹ ਨਾ ਇਤਰਾਜ਼ ਜਿਹੜੇ ਬੰਦੇ ਜਾਗਦੇ ਬੈਠੇ ਉਹਨਾਂ ਨੂੰ ਸਮਝ ਆ ਸੀ। ਹੁਸੈਨ ਦੇ ਮਿੰਬਰ ਤੇ ਖੜ ਕੇ ਆਦਾ ਪੀਆ, ਕੋਲ ਨਹੀਂ ਮੈਂ ਆਦਾ ਜਾਣਦੀ ਆਪ ਕੈਸਾ ਹੋ ਸੀ ਜਹਦਾ ਪੋਤਰਾ ਹੁਸੈਨ, ਕੋਲੂ ਨਹੀਂ ਮੈਂ ਜਾਣਦੀ ਕੌਣ ਆਪ ਕੈਸਾ ਹੋ ਸੀ ਜਹਦਾ ਪੋਤਰਾ ਹੁਸੈਨ, ਪੀਰ ਸਾਡਾ ਨਹੀਂ ਤੁਹਾਡਾ ਤੇ ਯਜ਼ੀਦ ਦਾ ਉਹ ਦਾਦਾ, ਪੀਰ ਸਾਡਾ ਨਹੀਂ ਤੁਹਾਡਾ ਤੇ ਯਜ਼ੀਦ ਦਾ ਉਹ ਦਾਦਾ, ਦੱਸੇ ਅਬੂ ਸੁਫੀਆਨ ਵੱਡਾ ਹੈ ਯਾ ਸਾਡਾ ਇਮਰਾਨ ਵੱਡਾ ਹੈ? ਇੱਕ ਸਲਵਾਤ ਪੜੋ ਸਾਰੇ ਹਜ਼ਰਤ ਉੱਚੀ ਆਵਾਜ਼ ਸਾਰੇ ਜਗ ਸਾਰੇ ਜੱਗ ਦਾ ਨਿਜ਼ਾਮ ਚਲਾਉਣਾ ਹੈ ਸਭ ਮੇਰੇ ਹੱਥ ਵਿੱਚ ਹੈ, ਸਾਰੇ ਜੱਗ ਦਾ ਨਿਜ਼ਾਮ ਚਲਾਉਣਾ ਹੈ ਸਭ ਮੇਰੇ ਹੱਥ ਵਿੱਚ ਹੈ, ਸਾਰੇ ਜੱਗ ਦਾ ਨਿਜ਼ਾਮ ਚਲਾਉਣਾ ਹੈ ਸਭ ਮੇਰੇ ਹੱਥ ਵਿੱਚ ਹੈ, ਸਾਰੇ ਜੱਗ ਦਾ ਨਿਜ਼ਾਮ ਚਲਾਉਣਾ ਹੈ ਸਭ ਮੇਰੇ ਹੱਥ ਵਿੱਚ ਹੈ, ਸਾਰੇ ਜੱਗ ਦਾ ਜੇ ਕੋਈ ਨਾ ਲਫ਼ਜ਼ ਦੀ ਸਮਝ ਨਾ ਆਵੇ ਉਹਨਾਂ ਦਾ ਆਪਣਾ ਨਸੀਬ ਤੇ ਮੇਰਾ ਆਪਣਾ ਮੁਕੱਦਰ, ਸਾਰੇ ਜੱਗ ਦਾ ਸਿੱਧੇ ਸਾਦੀ ਚਾਲ ਤੇ ਤੁਹਾਡੀ ਜ਼ਬਾਨ ਹੈ, ਸਾਰੇ ਜੱਗ ਦਾ ਨਿਜ਼ਾਮ ਚਲਾਉਣਾ ਹੈ ਸਭ ਮੇਰੇ ਹੱਥ ਵਿੱਚ ਹੈ। ਸਮਝ ਆਉਂਦੀ ਪਈ ਹੈ? ਸਾਰੇ ਜੱਗ ਦਾ ਨਿਜ਼ਾਮ ਚਲਾਉਣਾ ਹੈ ਸਭ ਮੇਰੇ ਹੱਥ ਵਿੱਚ, ਕਹਿ ਆਖੇ ਕਿੱਥਾਂ ਆਖੇ ਪੂਰੀ ਕਾਇਨਾਤ ਵਿੱਚ ਦਾਵਾ ਉਹ ਕਰ ਸਕਦਾ ਹੈ ਜਿਹੜਾ ਸ਼ੀਆ ਦਾ ਪਹਿਲਾ ਇਮਾਮ ਹੈ। ਕੂਫੇ ਦੇ ਮਿੰਬਰ ਤੇ ਬਹਿ ਕੇ ਸ਼ੀਆ ਦਾ ਇਮਾਮ, ਕੂਫੇ ਦੇ ਮਿੰਬਰ ਤੇ ਬਹਿ ਕੇ ਆਦਾ ਬੈਠਾ, ਸਾਰੇ ਜੱਗ ਦਾ ਨਿਜ਼ਾਮ ਚਲਾਉਣਾ ਹੈ ਸਭ ਮੇਰੇ ਹੱਥ ਵਿੱਚ ਹੈ, ਸਾਰੇ ਜੱਗ ਦਾ ਨਿਜ਼ਾਮ ਚਲਾਉਣਾ ਸਭ ਮੇਰੇ ਹੱਥ ਵਿੱਚ ਹੈ,
ਸਾਰੇ ਜਗ ਜਾਣੇ ਅੱਛਾ ਚਲਾਵਣਾ ਹੈ ਸਭ ਮੇਰੇ ਹੱਥ ਵਿੱਚ ਹੈ ਇਹ ਸਭ ਮੇਰੇ ਹੱਥ ਵਿੱਚ ਹੈ ਰੋਜ਼ੀ ਦੇਵਣਾ ਜਾਂ ਮਾਰਨਾ ਜਵਾਵਣਾ ਹੈ ਸਭ ਮੇਰੇ ਹੱਥ ਵਿੱਚ ਮਦੀਨੇ ਦਾ ਸ਼ਾਇਰ ਮਸਜਿਦ ਨਬਵੀ ਕਾਇਨਾਤ ਦਾ ਵੱਡਾ ਨਮਾਜ਼ੀ ਤੁਹਾਡਾ ਨਬੀ ਮੁਹੰਮਦ ਸਜਦੇ ਸਾਰੇ ਕੰਠ ਤੇ ਆ ਕੇ ਹੁਸੈਨ ਸਵਾਰ ਹੋ ਗਿਆ ਆਵਾਜ਼ੇ ਕੁਦਰਤ ਜਿਬਰੀਲ ਮੇਰੇ ਪਿਆਰੇ ਨਬੀ ਕੋਲ ਖਾਲਿਕ ਪਿਆ ਦੇ ਸਜਦੇ ਚ ਸਰ ਨਚਾਵੇ ਤੇਰੀ ਕੰਢ ਤੇ ਮੇਰਾ ਮੁਕੰਮਲ ਦੀਨ ਸਵਾਰੇ ਸਾਬੀਆਂ ਕੁਲ ਤਲਾਰੇ ਨਬੀ ਦੀ ਨਬੀ ਸਰ ਚਾਵੇ ਤਾਂ ਸਰ ਚਾਉ ਨਬੀ ਕੁਲ ਤਲਾਰੇ ਵਹੀ ਦੀ ਵਹੀ ਆਵੇ ਤਾਂ ਸਰ ਚਾਵਾਂ ਵਹੀ ਕੁਲ ਤਲਾਰੇ ਖਾਲਿਕ ਦੀ ਖਾਲਿਕ ਹੁਕਮ ਲੇਵੇ ਤਾਂ ਮਦੀਨੇ ਵਲਿਆ ਵਤਨ ਵਾਲਿਓ ਅੱਲਾ ਕੁਲ ਤਲਾਰੇ ਹੁਸੈਨ ਦੀ ਹੁਸੈਨ ਨਬੀ ਦੀ ਕਣ ਤੋਂ ਲਾਵੇ ਤਾਂ ਮੈਂ ਵਹੀ ਮਦੀਨੇ ਵੇਲਾ ਸਾਬੀ ਸਰ ਚੈਨਨ ਇੱਕ ਬੈ ਕੋ ਆਦਨ ਹਾਲੇ ਹੁਸੈਨ ਬੈਠੇ ਚਿਹਰੇ ਪਰੇਸ਼ਾਨ ਲਿਲ ਮੇਰੇ ਮੁਰਸ਼ਦ ਹੁਸੈਨ ਲਿਟਾ ਚਿਹਰੇ ਪਰੇਸ਼ਾਨ ਲਿਲ ਸਾਬੀਆਂ ਦੇ ਪਾਸੇ ਦੇਖ ਕੇ ਮੇਰੇ ਮੁਰਸ਼ਦ ਹੁਸੈਨ ਕਿਹੜੀ ਗੱਲ ਆਖੀ ਹੈ ਬਾਈ ਪੂਰੀ ਤਵਜੋ ਸਾਰੇ ਤਾਹੇ ਪਾਕ ਨਬੀ ਦਾ ਇਹ ਸਾਰੇ ਤਾਹੇ ਪਾਕ ਅੱਜ ਚਾਵਣਾ ਯਾ ਸਜਦਾ ਵਧਾਵਣਾ ਹੈ ਸਭ ਮੇਰੇ ਹੱਥ ਵਿੱਚ ਜਨਾਬੇ ਬਿਲਾਲ ਕੋ ਦੇਖੋ ਮਨਾ ਹੋ ਗਈ ਆਦਾਨ ਨਾ ਦੇਵੇ ਸੈਯਦਾਂ ਦੇ ਦਰਵਾਜ਼ੇ ਤਿਆਰ ਉਨਾ ਬੀਬੀ ਆਦੇ ਚਾਚਾ ਬਿਲਾਲ ਰੋਦਾ ਕਿਉਂ ਏ ਆਦੇ ਬੀਬੀ ਵਾਸਤੇ ਰੋਨਾ ਆਦਾਨ ਤੋਂ ਮਨਾ ਹੋ ਗਈ ਏ ਸਦੀ ਕਤਲ ਕੁਬਰਾ ਫਰਮਾਇਆ ਮੈਂ ਤੇਰੇ ਨਾਲ ਵਾਦਾ ਕਰੇਨੀ ਆ ਸਕੂਲ ਦੀ ਨਿਦਰ ਕਰ ਜੇ ਤੱਕ ਤੂੰ ਆਜ਼ਾਨ ਨਾ ਦੇਸੇ ਅਗਰ ਖਾਲਿਕ ਦੀ ਕਾਇਨਾਤ ਚ ਦੀ ਥੀ ਗਿਆ ਤਾਂ ਮੈਂ ਕੋ ਬਤੂਲ ਹੀ ਨਾ ਆਖੇ ਰਾਤ ਬੜੀ ਤੁਲਾਨੀ ਹੋਈ ਇਹ ਸਮਝਦੇ ਹੋ ਸੁੱਤੇ ਸੁੱਤੇ ਮਾਰਕੇ ਦੇ ਪਾਸੇ ਲੱਗੇ ਤੁਹਾਡੇ ਨਬੀ ਮੁਹੰਮਦ ਦੇ ਕੋਲ ਆ ਗਏ ਹੱਥ ਬਣ ਕੇ ਆ ਦਿਲ ਸੋਹਣਾ ਕਿਆਮਤ ਆ ਗਈ ਏ ਨਬੀ ਫਰਮਾਇਆ ਉਹ ਕਿਵੇਂ ਹੱਥ ਬਣ ਕੇ ਆ ਦਿਲ ਸੋਹਣਾ ਦੀ ਜੋ ਨਹੀਂ ਥੀਂਦਾ ਨਬੀ ਮੁਸਕਰਾ ਕੇ ਫਰਮਾਇਆ ਦੀ ਦੇ ਬਾਰੇ ਪੁੱਛਦੇ ਹੋ ਉਹੀ ਕੋ ਨੂੰ ਵੱਲੋ ਜੇ ਕੋ ਆਲਾਨ ਤੁਰੋ ਕਹਾਵੇ ਸਾਰੇ ਤੁਰਨ ਜਨਾਬੇ ਬਿਲਾਲ ਦੇ ਸਜੇ ਖਬੇ ਪਾਸੇ ਨਾ ਲੈਣ ਡਰ ਕੋ ਨੂੰ ਬੁਲੈਂਦਾ ਕੋਈ ਨੀ ਚਿਹਰੇ ਪਰੇਸ਼ਾਨ ਲੈਣ ਇੱਕ ਬੰਦੇ ਦਾ ਮੁੰਡਾ ਲਾ ਕੇ ਆਖਣੇ ਤੂੰ ਅਲਵਾ ਉਹ ਕਿ ਹਯਾ ਕਰੋ ਕਲ ਆਜ਼ਾਨ ਤੂੰ ਮਨਾ ਮੈਂ ਕੀਤੀ ਜਨਾਬੇ ਬਿਲਾਲ ਕੋ ਕਿਵੇਂ ਅਲਵਾ ਵਾ ਚਿਹਰੇ ਪਰੇਸ਼ਾਨ ਲਿਲ ਜਨਾਬੇ ਬਿਲਾਲ ਲਿਟਾ ਚਿਹਰੇ ਪਰੇਸ਼ਾਨ ਲਿਲ ਸਾਬੀਆਂ ਦੇ ਪਾਸੇ ਲੈ ਕੇ ਜਨਾਬੇ ਬਿਲਾਲ ਕਿਹੜੀ ਗੱਲ ਆਖੀਏ ਬਾਈ ਹਜ਼ਾਰਾਂ ਬਾਗ ਇਕੱਠੀਆਂ ਚੜੋ ਹਜ਼ਾਰਾਂ ਅੱਜ ਸੂਰਜ ਨੂੰ ਰੋਕਣਾ ਉਭਾਰਨਾ ਹੈ ਸਭ ਮੇਰੇ ਹੱਥ ਵਿੱਚ ਕਿਆ ਪ੍ਰੋਗਰਾਮ ਹੈ ਥੱਕ ਗਏ ਵੇ ਥੱਕ ਗਏ ਤਾਂ ਬਸ ਸ਼ੇਰ ਤੋਂ ਬਾਅਦ ਨਾਰਾ ਤਾਂ ਜ਼ਰੂਰੀ ਆਉਂਦਾ ਜੀ ਅੱਛਾ ਸਹੀ ਆਖਰ ਮੁੱਕਾ ਹਾਂ ਅਲੀ ਦਾ ਨਾਰਾ ਹੈ ਮੇਰਾ ਇਮਾਂ ਅਲੀ ਦਾ ਨਾਰਾ ਹੈ ਮੇਰਾ ਇਮਾਂ ਅਲੀ ਦਾ ਨਾਰਾ ਹੈ ਮੇਰਾ ਇਮਾਂ ਨਲੀ ਦਾ ਲਾਰਾ ਹੈ ਮੇਰਾ ਇਮਾਂ ਨਲੀ ਦਾ ਲਾਰਾ ਹੈ ਮੇਰਾ ਇਮਾਂ ਇਹ ਕਸੀਦੇ ਦਾ ਅਗਰ ਨਾ ਬੋਲੇ ਸੋ ਤਾਂ ਦੁੱਖ ਲੱਗਸੀ ਤਕਰੀਬਨ ਸ਼ਾਇਦ ਕਿ ਪਹਿਲੀ ਦੂਜੀ ਦਫ਼ਾ ਇਹ ਕਸੀਦਾ ਪੜਦਾ ਪਿਆ ਮੇਰਾ ਇਮਾਂ ਨਲੀ ਦਾ ਲਾਰਾ ਹੈ ਮੇਰਾ ਇਮਾਂ ਨਲੀ ਦਾ ਲਾਰਾ ਹੈ ਮੇਰਾ ਇਮਾਂ ਨਲੀ ਦਾ ਲਾਰਾ ਹੈ ਮੇਰਾ ਇਮਾਂ ਨਲੀ ਦਾ ਨਾਰਾ 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 ਯਾਨੀ ਯਾਨੀ
ਅਲੀ ਦਾ ਨਾਰਾ ਅੱਛਾ ਮੇਰਾ ਇਮਾਨ ਹੱਕ ਨਾ ਲੁਕਾਵਾਂ ਗੱਲ ਖੋਲ ਕੇ ਸੁਣਾਵਾਂ ਖੁਸ਼ ਹੋਵੇ ਬਿਲਕੁਲ ਇਨਸਾਨ ਲੱਕ ਨਾ ਲੁਕਾਵਾਂ ਗੱਲ ਖੋਲ ਕੇ ਸੁਣਾਵਾਂ ਖੁਸ਼ ਹੋਵੇ ਬਿਲਕੁਲ ਇਨਸਾਨ ਜੂਮ ਜੂਮ ਕੀਤੀਏ ਖੈਬਰ ਦੇ ਗੱਲ ਬਾਬੇ ਸਲਮਾਨ ਅਲੀ ਦਾ ਨਾਰਾ ਹੈ ਮੇਰਾ ਇਮਾਨ 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 ਅਲੀ ਦਾ ਅੱਛਾ ਲੱਕ ਨਾ ਲੁਕਾਵਾਂ ਗੱਲ ਖੋਲ ਕੇ ਸੁਣਾਵਾਂ ਖੁਸ਼ ਹੋਵੇ ਬਿਲਕੁਲ ਇਨਸਾਨ ਜੂਮ ਜੂਮ ਕੀਤੀਏ ਵਿੱਚ ਖੈਬਰ ਦੇ ਗੱਲ ਬਾਬੇ ਸਲਮਾਨ ਅਲੀ ਦਾ ਨਾਰਾ ਹੈ ਮੇਰਾ ਇਮਾਨ ਗੱਲ ਉਹਨਾਂ ਨਾਲ ਕਰੇ ਨਾ ਜਿਹੜੇ ਯਾਂ ਅਲੀ ਮਦਦ ਦੇ ਕਾਇਲ ਨਹੀਂ ਜਿਹੜੇ ਆਦਨ ਅੱਲਾ ਤੋਂ ਮਦਦ ਮੰਗੋ ਤੇ ਅਲੀ ਤੋਂ ਮਦਦ ਨਾ ਮੰਗੋ ਇੰਨਾ ਇਹ ਟੋਲਾ ਸਾਡੇ ਆਪਣੇ ਵਿੱਚ ਹੀ ਹੈ ਹਾਂ ਹੁਸੈਨ ਦੇ ਮਿੰਬਰ ਤੇ ਖੜ ਕੇ ਆਦਾ ਪਿਆ ਮਦਦ ਤੇ ਕੀਤੇ ਮੇਰੇ ਸ਼ਾਹ ਕੋ ਬੁਲਾਇਆ ਅੱਲਾ ਵਾਸਤੇ ਪੂਰੀ ਤਵੱਜੋ ਯਾਰੀ ਹੁਸੈਨ ਦੇ ਮਿੰਬਰ ਤੇ ਖੜ ਕੇ ਆਦਾ ਪਿਆ ਯੂਸਫ ਦੇ ਉੱਤੇ ਜਨਾਇਓ ਖਵੇਲਾ ਮਦਦ ਤੇ ਕੀਤੇ ਮੇਰੇ ਸ਼ਾਹ ਕੋ ਬੁਲਾਇਆ ਪੂਰੀ ਤਵੱਜੋ ਮਦਦ ਦੇ ਕੀਤੇ ਮੇਰੇ ਸ਼ਾਹ ਕੋ ਬੁਲਾਇਆ ਖੁਦ ਵਿੱਚ ਮੌਲਾ ਅਲੀ ਆਣ ਕੇ ਬਚਾਇਆ ਬਾਦਸ਼ਾਹ ਬਣਾ ਕੇ ਉਹਦਾ ਪਿਓ ਚ ਮਿਲਾਇਆ ਪੂਰੀ ਤਵੱਜੋ ਅਲੀ ਆਣ ਕੇ ਬਚਾਇਆ ਬਾਦਸ਼ਾਹ ਬਣਾ ਕੇ ਉਹਦਾ ਪਿਓ ਚ ਮਿਲਾਇਆ ਲਿਖਦੇ ਹਿਲਿਆ ਕੋਬ ਕੁਝ ਸਦਮ ਮਿਲ ਗਿਆ ਪੁੱਤਰ ਜਵਾਂ ਲਿਖਦੇ ਹਿਲਿਆ ਪੂਰੀ ਤਵੱਜੋ ਮਿਲ ਗਿਆ ਪੁੱਤਰ ਜਵਾਂ ਅਲਫਲ ਮਾਇਆ ਹੁਣ ਕੋ ਬਣ ਕੇ ਕਸੀਦਾ ਖਾਨ ਅਲੀ ਦਾ ਨਾਰਾ ਹੈ ਮੇਰਾ ਇਮਾਨ ਯਾਰੀ ਬੇਲੀ ਅੱਲਾ ਵਾਸਤੇ ਦੱਸੋ ਇਹ ਦਾਦ ਇੱਕੋ ਦੇਵੇ ਤੇ ਪੈਸੇ ਉਹ ਰੱਖੇ ਇੱਕੋ ਸਟੇਜ ਦੇ ਉੱਤੇ ਹਜ਼ਰਤ ਇਬਰਾਹੀਮ ਨਬੀ ਅੱਲਾ ਦਾ ਪਿਆਰਾ ਨਬੀ ਨਿਮਰੂਦ ਨੇ ਭਾਈ ਇਹ ਸਮਝਦੇ ਹੋ ਨਮਰੂਦ ਨੇ ਭਾਜ ਸਟਵਾਇਆ ਅੱਲਾ ਦੇ ਪਿਆਰੇ ਨਬੀ ਕੋ ਭਾ ਦੱਸਣਾ ਸੰਗਦਾ ਅਲਬਤ ਅੱਲਾ ਦਾ ਕੁਰਾਨ ਦੇ ਤ੍ਰੈ ਪਹਾੜ ਦੇ ਨੰਗਾਰਾਂ ਦੇ ਜਿਹੜੇ ਨਬੀ ਵਾਸਤੇ ਬਣ ਗਏ ਅੱਲਾ ਦਾ ਪਿਆਰਾ ਨਬੀ ਭਾਜ ਵੱਲ ਪਹੁੰਚਾ ਜਬਰੀਲ ਨੇ ਅਰਜ਼ ਕੀਤਾ ਪਾਲਣੇ ਵਾਲਾ ਇਜਾਜ਼ਤ ਦੇ ਤੇਰਾ ਪਿਆਰਾ ਨਬੀ ਏ ਤੇਰਾ ਸੋਹਣਾ ਨਬੀ ਏ ਮੈਂ ਵੱਲ ਕੇ ਨਬੀ ਦੀ ਮਦਦ ਕਰਾਂ ਅਵਾਲੇ ਕੁਦਰਤ ਜਬਰੀਲ ਵੱਲ ਮਦਦ ਕਰ ਜਬਰੀਲ ਪਰਵਾਸ ਕੀਤਾ ਮੇਰੇ ਪਿਆਰੇ ਨਬੀ ਦੇ ਸਾਹਮਣੇ ਆ ਖੜਾ ਹੱਥ ਬਲਕਿਆ ਦੇ ਅੱਲਾ ਦਾ ਸੋਹਣਾ ਨਬੀ ਏ ਪਿਆਰਾ ਨਬੀ ਏ ਤੇਜ਼ ਫਾਇ ਇਜਾਜ਼ਤ ਰੇ ਮੈਂ ਤੇਰੀ ਮਦਦ ਕਰਾਂ ਜਦੋਂ ਜਬਰੀਲ ਆਖਾ ਮੈਂ ਤੇਰੀ ਮਦਦ ਕਰਾਂ ਅੱਲਾ ਦਾ ਸੋਹਣਾ ਨਬੀ ਜਬਰੀਲ ਦੇ ਪਾਸੇ ਦੇਖ ਕੇ ਕਿਹੜੀ ਗੱਲ ਆਖੀਏ ਬਾਈ ਜਬਰੀਲ ਨਬੀ ਤਾਂ ਖੁਦਾ ਕਮੀ ਏ ਤੂੰ ਮਦਦ ਮੈਂ ਨਹੀਂ ਮੰਗਦਾ ਜਦਾ ਜਬਰੀਲ ਆਖਾ ਸੋਹਣਾ ਨਬੀ ਇਜਾਜ਼ਤ ਰੇ ਮੈਂ ਤੇਰੀ ਮਦਦ ਕਰਾਂ ਅੱਲਾ ਦਾ ਪਿਆਰਾ ਨਬੀ ਜਬਰੀਲ ਦੇ ਪਾਸੇ ਦੇਖ ਕੇ ਕਿਹੜੀ ਗੱਲ ਆਖੀ ਏ ਬਾਈ ਜਬਰੀਲ ਦਾ ਖੁਦਾ ਕਮੀ ਏ ਤੂੰ ਮਦਦ ਮੈਂ ਨਹੀਂ ਮੰਗਦਾ ਪੂਰੀ ਤਵੱਜੋ ਤਵੱਜੋ ਚਾਹਦਾ ਬੰਦਾ ਨਹੀਂ ਕੋਈ ਆਮ ਜੀਆ ਅੱਗ ਦੀ ਮੈਂ ਦੇ ਸਫੀ ਤੁਰਤ ਬਦਲਾ ਪੂਰੀ ਤਵੱਜੋ ਜੈ ਵੇਲੇ ਮੈਂ ਆਖੀਆ ਮਦਦ ਕੁਆ ਕੁੱਲੇ ਇਮਾਨ ਜੈ ਵੇਲੇ ਅੱਛਾ ਮਦਦ ਕੁਆ ਕੁੱਲੇ ਕਸਮ ਖੁਦਾ ਦੀ ਅੱਗ ਸਾਰੀ ਬਣ ਵੈਸੀ ਜਮਲ ਸਤਾਨ ਲੀ ਦਾ ਲਾਰਾ ਹੈ ਮੇਰਾ ਇਮਾਨ ਇੱਕ ਸਲਵਾਤ ਪੜੋ ਬਾਬਾ ਦੇ ਬਲਨ ਸਾਰੇ ਚਲ
ملنگ دی ڈیوٹی لگ گئی پوری کر گئے پروگرام ایک قصیدہ پڑھ لا اندر بعد جڑا کچھ حکم ہے وہ قصیدہ پڑھ کے میں اجازت منگسا کافی دیر پڑھ گیا ایک سلوات پڑھو چی آواز نال سارا اللہ نا کر سایا دے جگتے سلطان دے لا کر سایا دے جگتے سلطان دے لا کر سایا دے جگتے سلطان دے لا کر سایا دے جگتے سلطان اے گل انہاں دی کرے دا جنہیں جشن کرائے یہ سرکار دے نوکر ہیں یا جی میں ملنگا اپنی ڈیوٹی نہیں بہندا بیٹھے نوکر سایا دے جگتے سلطان ہوندے نوکر سایا دے جگتے سلطان ہوندے نوکر سایا دے جگتے سلطان ہوندے نوکر اچھا حسین دی میلے سچ ہر انسان دا کم نہیں جو حسین دی میلے سچ آوے دسنا ہے حسین دی میلے سوندیے تے حسین دی میلے سچ کون کون آ دل تا تا دا پیا ایتھے جڑا اے یار 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 ایتھے جڑا یا بعد مولا کو پسند ہوندے نارا او لے دے جڑا غیرت مل دے ہوندے ایتھے جڑا یا بال پوری توجہ مولا کو پسند ہوندے نارا او لے دے جڑا غیرت مل دے ہوندے جشن لو اے کر لے پل جا لال پیا رمل لے پیر علی سردار کر لے پل جا لال پیا رمن لے پیر علی سردار کر لے پنجا لال پیا رمن لے پیر علی سردار کر لے پنجا لال پیا رمن لے پیر علی سردار جے گل نہ سنی ارمانی راسی پتاؤں کو لگسی جنا دین میں ڈوئے کر لے پنجا نال پیا رمن لے پیر علی سردار وقت ہی کر چاہوں اقرار بار والا پے ہو مرشد یادا پے یعنی یعنی ہر بندہ شیعہ عمر دے دعوے کریں لے دعوے کریں دے نا شیعہ سڈاونا سوکھا ہے بڑھنا بہت مشکل ہے شیعہ بڑھ ایوے بڑھ جو امام زمانہ آکھے واقعی میں ڈالا دار تے شیعہ پہ آن لے حسین دے ممبر تے کھڑ کے آدھا پیا گر تشیا ہے صدمے دا سن چاک دی گالے گر تشیا ہے صدمے دا سن چاک دی گالے اچھا جے تو نوکر پن جاندا ہے کر چچی پوری توجہ بڑ کے کام دا چوکی دا رکر لے شیا کو بیدار آدھا تھی ولو ہوشیار بار والا پے ہو مرشد یادا پے یاری یاری ہر عمل دی ابتدا نماز گل سچی ہوئے بولن فرسی ویندے
ہر عمل دی ابتدا نماز ہے، نماز بہت ضروری ہے، ہر اورکھے وقت وچ نماز پڑھی کر، مگر نماز پڑھے گل یا ذہن وچ رکھے ادا پیا جے دے وچ نہیں نام علی دا نہیں نماز قبول ہے یا علی جے دے وچ نہیں نام علی دا نہیں نماز قبول ہے جے دے وچ پوری توجہ حق دلال وپار بار وان دا پے مرشد آن دا پے آخری شیر اجازت ہوئے دشمن علی نال گل کراں بہت ضروری شیر بار بار شیر دی دعوت دساں پر اے دسو دشمن علی جان دیو او ہوندا جندے سامنے نام علی چاہو تے کان رتے تھی ونجن او دشمن علی ہوندا حسین دے منبر تے کھڑ کے آدھا پیا کردے ہن تا کوڑی گلا جا جا فتنے پا نہیں پوری توجہ کوڑی گلا جا جا فتنے پا نہیں تے کو مشورہ دے دے مزہ ہی رقم لڑا نہیں او لیتا نہ سجا کنڈ شلوا رپا کے نالے دی دستار چا کے دادے دی تلوار بار وان دا